बस बहुत हो गया क्या? क्या हुआ मैं खुद की कोचिंग क्लासेस स्टार्ट करना चाहती हूँ। तो इसमें प्रॉब्लम क्या है अपर फर्नीचर रेंट पब्लिसिटी इन सब के पैसे कहाँ से आएंगे गूगल प्ले स्टोर से टीचमेंट ऐप डाउनलोड करो बस सिंपलिस्टिक सॉल्यूशन फॉर एनेबलिंग ट्यूटर्स टू इंटरैक्ट विद स्टूडेंट्स इन रियल टाइम क्विक एक्सेस टू मैनेज एनरोल स्टूडेंट्स All your classroom tools in one place. Share assignments in a click. India's number 1 teaching app. teachmin aatmanirbhar Bharat ka apna app. Aasan hai. Download now. ਸਤਿ ਸ੍ਰੀ ਅਕਾਲ ਦੋਸਤੋ ਟੋਡਸਤਾਰਨ ਸਾਡੇ ਚੈਨਲ ਜੀਐਸ ਅਪਡੇਟਸ ਤੇ ਬਹੁਤ-ਬਹੁਤ ਸਵਾਗਤ ਹੈ ਸੋ ਇਸ ਵੇਲੇ ਇੱਕ ਹੋਰ ਬਹੁਤ ਹੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੀਐਸਸੀਬੀ ਦੀ ਅਫੀਸ਼ੀਅਲ ਸਾਈਟ pscb.ac.in ਤੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਅਜੇ ਇੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਹੋਰ ਐਜੂਕੇਸ਼ਨਲ ਵੀਡੀਓਜ਼ ਲਈ ਤੇ ਨਾਲ ਹੀ ਟੈਲੀਗ੍ਰਾਮ ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰ ਲੈਣਾ ਤਾਂ ਜੋ ਤੁਹਾਨੂੰ ਪੀਐਸਸੀਬੀ ਨਾਲ ਸੰਬੰਧਿਤ ਲੇਟੈਸਟ ਅਪ ਸੋ ਕੱਲ ਰਾਤ ਦੇ ਲਗਾਤਾਰ ਵਿਦਿਆਰਥੀ ਕਮੈਂਟ ਆ ਰਹੀ ਸੀ ਪੀਐਸਸੀ ਦੀ ਅਫੀਸ਼ੀਅਲ ਸਾਈਟ ਤੇ ਕੁਝ ਅਪਡੇਟ ਨੂੰ ਲੈ ਕੇ ਸੋ ਮੈਂ ਤੁਹਾਨੂੰ ਪੂਰੀ ਅਪਡੇਟ ਜੋ ਹੈ ਉਹ ਦੱਸਣਾ ਹਾਂ ਸੋ ਇਸੇ ਤਰ੍ਹਾਂ ਹੋਰ ਐਜੂਕੇਸ਼ਨਲ ਡੇ ਵਿਡੀਓਜ਼ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਜੇਕਰ ਤੁਸੀਂ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਜੀਐਸ ਅਪਡੇਟਸ ਦੇਖਣ ਨੂੰ ਮਿਲ ਰਹੀ ਹੈ ਸੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੈ ਉਹ ਜ਼ਰੂਰ ਕਰ ਦੇਣਾ ਸੋ ਮੈਂ ਤੁਹਾਨੂੰ ਹੁਣ ਅਫੀਸ਼ੀਅਲ ਅਪਡੇਟ ਜੋ ਹੈ ਉਹ ਤੁਹਾਨੂੰ ਦੱਸ ਦਿੰਦਾ ਹਾਂ PSVटी ਜਦੋਂ ਤੁਸੀਂ ਅਫੀਸ਼ੀਅਲ ਵੈਬਸਾਈਟ psv.ac.in ਖੋਲੋਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਦਿਖੇਗਾ ਇਸ ਤੋਂ ਬਾਅਦ ਤੁਸੀਂ ਸਾਈਟ ਤੇ ਜੋ ਹੈ ਡੈਸ਼ਬੋਰਡ ਦੇ ਉੱਪਰ ਕਲਿੱਕ ਕਰਨਾ ਹੈ ਸੋ ਜਦੋਂ ਤੁਸੀਂ ਡੈਸ਼ਬੋਰਡ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾ ਦੇਣਾ ਹਾਂ ਤੁਸੀਂ ਦੇਖ ਸਕਦੇ ਹੋ ਡੈਸ਼ਬੋਰਡ ਦੇ ਵਿੱਚ ਸਿਰਫ ਤੁਹਾਨੂੰ ਇਹ ਚਾਰ ਜੋ ਡੇਟਸ਼ੀਟਾਂ ਉਹ ਸ਼ੋ ਹੋ ਰਹੀਆਂ ਹਨ ਸੋ ਜੀ ਹਾਂ ਦੋਸਤੋ ਪੀਐਸਸੀਬੀ ਦੀ ਜੋ 10ਵੀਂ ਅਤੇ 12ਵੀਂ ਦੀ ਜੋ ਨਵੀਂ ਡੇਟਸ਼ੀਟ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 20 April 2021 ਤੋਂ 12ਵੀਂ ਜਮਾਤ ਦੇ ਪੇਪਰ ਸ਼ੁਰੂ ਹੋਣਗੇ ਅਤੇ 4 May 2021 ਤੋਂ 10ਵੀਂ ਜਮਾਤ ਦੇ ਪੇਪਰ ਸ਼ੁਰੂ ਹੋਣਗੇ ਉਹ ਵੀ ਡੇਟਸ਼ੀਟ ਜੋ ਹੈ ਉਹ ਪੀਐਸਸੀਬੀ ਦੀ ਆਫੀਸ਼ੀਅਲ ਵੈਬਸਾਈਟ ਤੋਂ ਡਿਲੀਟ ਕਰ ਦਿੱਤੀ ਗਈ ਹੈ ਜੀ ਹਾਂ ਦੋਸਤੋ ਤੁਸੀਂ ਠੀਕ ਸੁਣੇ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਮੈਂ ਤੁਹਾਨੂੰ ਲਾਈਵ ਵੀ ਦਿਖਾ ਰਿਹਾ ਹਾਂ ਪੀਐਸਸੀਬੀ ਦੀ ਡੇਟਸ਼ੀਟ ਹੈ ਔਰ official site psc.ac.in ਤੋਂ ਡਿਲੀਟ ਕਰ ਦਿੱਤੀ ਗਈ ਹੈ ਸੋ ਕਿਉਂ ਡਿਲੀਟ ਕੀਤੀ ਗਈ ਹੈ ਇਸ ਦੇ ਬਾਰੇ ਹਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ ਨਾ ਹੀ ਇਸ ਦੇ ਬਾਰੇ ਕੋਈ ਨਿਊਜ਼ ਜਾਂ ਫਿਰ ਕੁਝ ਦੇਖਣ ਨੂੰ ਮਿਲਿਆ ਹੈ ਲੇਕਿਨ ਹੋ ਸਕਦਾ ਹੈ ਰਿਵਾਈਜ਼ਡ ਡੇਟ ਸ਼ੀਟ ਜਾਰੀ ਕੀਤੀ ਜਾਵੇ ਜਾਂ ਫਿਰ ਕੁਝ ਵੀ ਹੋ ਸਕਦਾ ਹੈ ਲੇਕਿਨ ਜੋ ਡੇਟ ਸ਼ੀਟ ਆਟੋਡੀ ਉਹ ਇੱਕ ਵਾਰ ਡਿਲੀਟ ਕਰ ਦਿੱਤੀ ਗਈ ਹੈ ਹੋ ਸਕਦਾ ਹੈ ਰਿਵਾਈਜ਼ਡ ਡੇਟ ਸ਼ੀਟ ਜਾਰੀ ਕੀਤੀ ਜਾਵੇ ਜਾਂ ਫਿਰ ਐਗਜ਼ਾਮ ਦੀ ਡੇਟ ਅੱਗੇ ਪਿੱਛੇ ਕੀਤੀ ਜਾਵੇ ਸੋ ਕੁਝ ਵੀ ਹੋ ਸਕਦਾ ਹੈ ਲੇਕਿਨ ਜੋ ਡੇਟ ਸ਼ੀਟ ਹੈ ਆਟੋਡੀ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੀ PSEB ਦੀ ਅਫੀਸ਼ੀਅਲ ਵੈਬਸਾਈਟ ਤੋਂ ਡਿਲੀਟ ਕਰ ਦਿੱਤੀ ਗਈ ਹੈ ਤੇ ਜੇਕਰ ਤੁਸੀਂ ਡੇਟਸ਼ੀਟ ਦੇਖਣਾ ਚਾਹੁੰਦੇ ਹੋ ਕਿਉਂਕਿ ਇਸ ਦੇ ਬਾਰੇ ਕੋਈ ਵੀ ਅਪਡੇਟ ਨਹੀਂ ਹੈ ਤੁਸੀਂ ਆਪਣੇ ਇਗਜ਼ਾਮ ਦੀ ਤਿਆਰੀ ਕਰਦੇ ਰਹੋ ਜੋ ਡੇਟਸ਼ੀਟ ਜਾਰੀ ਕੀਤੀ ਗਈ ਸੀ ਉਸ ਅਕੋਰਡਿੰਗ ਆਪਣੇ ਇਗਜ਼ਾਮ ਦੀ ਤਿਆਰੀ ਕਰਦੇ ਰਹੋ 20 April ਤੋਂ ਜਮਾਤ 9ਵੀਂ ਦੇ ਪੇਪਰ ਜੁਆਨੋ ਸ਼ੁਰੂ ਹੋ ਜਾਣਗੇ ਅਤੇ 4 May ਤੋਂ ਜਮਾਤ 10ਵੀਂ ਦੇ ਪੇਪਰ ਸ਼ੁਰੂ ਹੋ ਜਾਣਗੇ ਸੋ ਜੋ ਤੁਹਾਡੀ ਡੇਟਸ਼ੀਟ ਜਾਰੀ ਕੀਤੀ ਗਈ ਸੀ ਉਸ ਦੇ ਮੁਤਾਬਿਕ ਤੁਸੀਂ ਆਪਣੇ ਆਪਣੇ ਤਿਆਰੀ ਕਰਦੇ ਰਹੋ ਜੇਕਰ ਤੁਹਾਨੂੰ ਡੇਟਸ਼ੀਟ ਨਹੀਂ ਪਤਾ ਹੈ ਤਾਂ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗਾ ਉੱਥੇ ਤੁਸੀਂ ਉਹ ਡੇਟਸ਼ੀਟ ਜੋ ਹੈ ਉਹ ਦੇਖ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਵਿੱਚ ਦਿੱਤਾ ਗਿਆ ਡੇਟਸ਼ੀਟ ਦਾ ਉਸ ਦੇ ਮੁਤਾਬਿਕ ਤੁਸੀਂ ਆਪਣੇ ਪੇਪਰਾਂ ਦੀ ਤਿਆਰੀ ਕਰਦੇ ਰਹੋ ਹਜੇ ਫਿਲਹਾਲ ਜੋ ਤੁਹਾਡੇ ਪੇਪਰ ਹਨ ਉਹ ਆਫਲਾਈਨ ਹੀ ਲਈ ਜਾਣਗੇ ਇਸ ਦੇ ਬਾਰੇ ਵੀ ਹਜੇ ਕੋਈ ਵੀ ਅਪਡੇਟ ਨਹੀਂ ਹੈ ਤੇ ਜੋ ਤੁਹਾਡੇ ਪੇਪਰ ਹਨ ਉਹ ਵੀ ਹਜੇ ਨਾ ਹੀ ਪੋਸਟਪੋਨ ਕਰਨ ਬਾਰੇ ਕਿਹਾ ਗਿਆ ਨਾ ਹੀ ਹਜੇ ਕੋਈ ਅਪਡੇਟ ਆਇਆ ਹੈ ਡੇਟਸ਼ੀਟ ਨੂੰ ਚੇਂਜ ਕਰਨ ਨੂੰ ਲੈ ਕੇ ਸੋ ਕੁਝ ਵੀ ਹੋ ਸਕਦਾ ਹੈ ਲੇਕਿਨ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਪੂਰੀ ਰੱਖੋ ਐਗਜ਼ਾਮ ਜੋ ਹੋਣ ਤੁਹਾਡੇ ਹੋਣਗੇ ਆਫਲਾਈਨ ਹੋਣਗੇ ਤੇ ਜੋ ਤੁਹਾਡੀ ਡੇਟਸ਼ੀਟ ਹੈ ਉਹ ਬਣੇਗੀ ਕਮੈਂਟ ਬਾਕਸ ਵਿੱਚ ਤੇ ਦਿੱਤੀ ਹੈ ਸੋ ਅਜੀ ਟੂਡੇ ਅਸੀਂ ਅਪਡੇਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਜੇਕਰ ਤੁਹਾਡੇ ਮਨ ਵਿੱਚ ਕੋਈ ਡਾਊਟ ਹੋਵੇ ਕਮੈਂਟ ਕਰਕੇ ਦੱਸ ਸਕਦੇ ਹੋ ਇਸੇ ਤਰ੍ਹਾਂ ਹੋਰ ਐਜੂਕੇਸ਼ਨਲ ਵੀਡੀਓਜ਼ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਨੈਕਸਟ ਵੀਡੀਓ ਉਸ ਤੱਕ ਲਈ ਬਾਏ ਬਾਏ ਟਾਟਾ ਧੰਨਵਾਦ